ਟ੍ਰੈਫਿਕ ਸਿਗਨਲ ਲਾਈਟ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਦੋਂ ਰੈੱਡ ਲਾਈਟ ਹੋਈ ਪਈ ਸੀ ਤਾਂ ਵਾਹਨ ਲਾਈਨਾਂ ਦੇ ਵਿੱਚ ਸੜਕ ਦੇ ਉੱਤੇ ਖੜ੍ਹੇ ਸੀ ਤਾਂ ਪਿੱਛੋਂ ਦੀ ਆਏ ਇੱਕ ਬੇਕਾਬੂ ਟਰੱਕ ਨੇ ਸਾਰਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਕਈ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਹਾਲਾਂਕਿ ਇਸ ਹਾਦਸੇ ਦੇ ਦੌਰਾਨ ਕਿਹਾ ਜਾ ਰਿਹਾ ਕਿ ਇੱਕ ਬਾਈਕ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਕਿਹਾ ਜਾ ਰਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਬਾਈਕ ਸਵਾਰ ਵੀ ਲਾਈਟਾਂ ਦੇ ਉੱਤੇ ਖੜ੍ਹਾ ਸੀ ਅਤੇ ਪਿੱਛੋਂ ਦੀ ਆਏ ਟਰੱਕ ਨੇ ਪਹਿਲਾਂ ਬਾਈਕ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਦੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰੀ ਅਤੇ ਜਿਸ ਦੇ ਕਾਰਨ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ। ਦੂਜੇ ਪਾਸੇ ਬਾਈਕ ਸਵਾਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਜਿਸ ਦੇ ਨੀਚੇ ਬਾਈਕ ਫਸਿਆ ਹੋਇਆ ਅਤੇ ਉਸਨੂੰ ਲੋਕਾਂ ਦੇ ਵੱਲੋਂ ਕੱਢਿਆ ਜਾ ਰਿਹਾ। ਕਿਹਾ ਜਾ ਰਿਹਾ ਕਿ ਇਸ ਬਾਈਕ ਸਵਾਰ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਨਿਕਲਣ ਦੇ ਲਈ ਤਾਂ ਪਿੱਛੋਂ ਦੀ ਆਏ ਇੱਕ ਬੇਕਾਬੂ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਦੂਜੇ ਪਾਸੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ। ਫਿਲਹਾਲ ਪੁਲਿਸ ਹੁਣ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। अचानक से पीछे से आई गाड़ी उठा के हमारी अगली गाड़ी में मार दी। अगले वाली भी गाड़ी ठुकी और ये बाइक वाले को जो चोट है हॉस्पिटल लेके गए हैं। तो एक गाड़ी और ठुकी थी? हाँ, एक वो उधर खड़ी आगे। तो आपकी गाड़ी ये वाली है? हाँ, ये गाड़ी मेरी है। तो किसी को चोट वगैरह आई है? नहीं, चोट तो लगी, बाकी बाइक वाले को ज्यादा चोट लगी है। बच्चे को हॉस्पिटल लेके जा रहे थे हम। अच्छा, तो लेके गए अभी ऑटो। तो बाइक वाले की हालत पता चली कैसी? नाजुक ही मिलेगी, ज्यादा चोट लगी थी। तो कारण क्या रहा, इससे अनियंत्रित हो गया या नशे में था कुछ? पता नहीं, वो तो उनको पता है, पुलिस देखेगी क्या करेगी। पुलिस लेगी हिरासत? हाँ, पुलिस लेगी उसको। तो आपकी फैमिली ठीक है वैसे? नहीं, फैमिली ठीक है अभी। और वो दूसरी गाड़ी वाली कौन? वो तो आगे ही है, पता नहीं आगे खड़ी थी। तो पार्क में है भाई साहब, हमारे पास कॉल आई थी, वो एक्सीडेंट हुआ है तब आया। तो क्या बाइक वाला ज्यादा सीरियस था? हमारे यहाँ से पहले उनको हॉस्पिटल ले गए थे, बाकी एक पकड़ रखा है उनका, कार्रवाई चल। ट्रक वाला हिरासत में अभी? नहीं, वो भाग गया, ट्रक छोड़ दिया, उसके साथ जो क्लीनर रहता है वो क्लीनर है। तो गलती नहीं पता चली किसकी रही अभी? रेड लाइट थी, उसके बाद जांच से पता लगे। तो सर कोई नशा कर रखा था ये पता? ਟ੍ਰੈਫਿਕ ਸਿਗਨਲ ਲਾਈਟ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਦੋਂ ਰੈੱਡ ਲਾਈਟ ਹੋਈ ਪਈ ਸੀ ਤਾਂ ਵਾਹਨ ਲਾਈਨਾਂ ਦੇ ਵਿੱਚ ਸੜਕ ਦੇ ਉੱਤੇ ਖੜ੍ਹੇ ਸੀ ਤਾਂ ਪਿੱਛੋਂ ਦੀ ਆਏ ਇੱਕ ਬੇਕਾਬੂ ਟਰੱਕ ਨੇ ਸਾਰਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਕਈ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਹਾਲਾਂਕਿ ਇਸ ਹਾਦਸੇ ਦੇ ਦੌਰਾਨ ਕਿਹਾ ਜਾ ਰਿਹਾ ਕਿ ਇੱਕ ਬਾਈਕ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਕਿਹਾ ਜਾ ਰਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਬਾਈਕ ਸਵਾਰ ਵੀ ਲਾਈਟਾਂ ਦੇ ਉੱਤੇ ਖੜ੍ਹਾ ਸੀ ਅਤੇ ਪਿੱਛੋਂ ਦੀ ਆਏ ਟਰੱਕ ਨੇ ਪਹਿਲਾਂ ਬਾਈਕ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਦੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰੀ ਅਤੇ ਜਿਸ ਦੇ ਕਾਰਨ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ। ਦੂਜੇ ਪਾਸੇ ਬਾਈਕ ਸਵਾਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਜਿਸ ਦੇ ਨੀਚੇ ਬਾਈਕ ਫਸਿਆ ਹੋਇਆ ਅਤੇ ਉਸਨੂੰ ਲੋਕਾਂ ਦੇ ਵੱਲੋਂ ਕੱਢਿਆ ਜਾ ਰਿਹਾ। ਕਿਹਾ ਜਾ ਰਿਹਾ ਕਿ ਇਸ ਬਾਈਕ ਸਵਾਰ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਨਿਕਲਣ ਦੇ ਲਈ ਤਾਂ ਪਿੱਛੋਂ ਦੀ ਆਏ ਇੱਕ ਬੇਕਾਬੂ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਦੂਜੇ ਪਾਸੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ। ਫਿਲਹਾਲ ਪੁਲਿਸ ਹੁਣ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਲਾਲ ਬੱਤੀ ਹੋਈ ਸੀ ਖੜੇ ਤੇ, अचानक से पीछे से आई गाड़ी उठा के हमारी अगली गाड़ी में मार दी। वाली भी ठुकी? अगले वाली भी गाड़ी ठुकी और ये बाइक वाले को जो चोट है हॉस्पिटल लेके गए हैं। तो एक गाड़ी और ठुकी थी? हाँ, एक वो उधर खड़ी आगे। तो आपकी गाड़ी ये वाली है? हाँ, ये गाड़ी मेरी है। तो किसी को चोट वगैरह आई है? नहीं, चोट तो लगी, बाकी बाइक वाले को ज्यादा चोट लगी है। बच्चे को हॉस्पिटल लेके जा रहे थे हम। अच्छा, तो लेके गए अभी ऑटो। तो बाइक वाले की हालत पता चली कैसी? नाजुक ही मिलेगी, ज्यादा चोट लगी थी। तो कारण क्या रहा, इससे अनियंत्रित हो गया या नशे में था कुछ? पता नहीं, वो तो उनको पता है, पुलिस देखेगी क्या करेगी। पुलिस लेगी हिरासत? हाँ, पुलिस लेगी उसको। तो आपकी फैमिली ठीक है वैसे? नहीं, फैमिली ठीक है अभी। और वो दूसरी गाड़ी वाली कौन? वो तो आगे ही है, पता नहीं आगे खड़ी थी। तो पार्क में है भाई साहब, हमारे पास कॉल आई थी, वो एक्सीडेंट हुआ है तब आया। तो क्या बाइक वाला ज्यादा सीरियस था? हमारे यहाँ से पहले उनको हॉस्पिटल ले गए थे, बाकी एक पकड़ रखा है उनका, कार्रवाई चल। ट्रक वाला हिरासत में अभी? नहीं, वो भाग गया, ट्रक छोड़ दिया, उसके साथ जो क्लीनर रहता है वो क्लीनर है। तो गलती नहीं पता चली किसकी रही अभी? रेड लाइट थी, उसके बाद जांच से पता लगे। तो सर कोई नशा कर रखा था? ये पता